ਸਿਹਤ ਵਿਭਾਗ ਨੇ ਕੀਤੀ ਅਚਨਚੇਤ ਚੈਕਿੰਗ, ਰੇਹੜੀ ਵਾਲਿਆਂ ਨੂੰ ਸਾਫ਼ ਸਫਾਈ ਨੂੰ ਲੈ ਕੇ ਦਿੱਤੀਆਂ ਖਾਸ ਹਦਾਇਤਾਂ। ਹੁਸ਼ਿਆਰਪੁਰ ਦੇ ਵਿੱਚ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਫੂਡ ਸਟਰੀਟ ਵਿਖੇ ਲੱਗੀਆਂ ਰੇਹੜੀਆਂ 'ਤੇ ਅਚਨਚੇਤ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੇ ਦੌਰਾਨ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਗਿਆ ਕਿ ਜੋ ਲੋਕਾਂ ਤੱਕ ਖਾਣਾ ਪੁੱਜ ਰਿਹਾ ਹੈ ਕਿ ਉਸ ਵਿੱਚ ਸਾਫ਼ ਸਫਾਈ ਨੂੰ ਲੈ ਕੇ ਕੋਈ ਅਣਗਹਿਲੀ ਤਾਂ ਨਹੀਂ ਵਰਤੀ ਜਾ ਰਹੀ। ਇਸ ਦੌਰਾਨ ਸਿਹਤ ਵਿਭਾਗ ਟੀਮ ਦੇ ਤਮਾਮ ਅਧਿਕਾਰੀ ਮੌਕੇ 'ਤੇ ਪੁੱਜੇ, ਜਿਨ੍ਹਾਂ ਨੇ ਰੇਹੜੀ ਦੇ ਮਾਲਕਾਂ ਦੇ ਨਾਲ ਅਤੇ ਨਾਲ ਹੀ ਉੱਥੇ ਕੰਮ ਕਰ ਰਹੇ ਵਿਅਕਤੀਆਂ ਨੂੰ ਮਾਸਕ, ਦਸਤਾਨੇ ਆਦਿ ਵੰਡੇ ਕਿ ਤਾਂ ਜੋ ਉਹ ਖਾਣਾ ਬਣਾਉਂਦੇ ਨੇ ਉਸ ਵੇਲੇ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣ ਅਤੇ ਖਾਣਾ ਬਣਾਉਣ ਵੇਲੇ ਮਾਸਕ ਆਦਿ ਦੀ ਵਰਤੋਂ ਕਰਨ ਕਿ ਤਾਂ ਜੋ ਸਾਫ਼ ਸਫਾਈ ਨੂੰ ਲੈ ਕੇ ਪੁਖਤਾ ਜੋ ਪ੍ਰਬੰਧ ਨੇ ਕੀਤੇ ਜਾਣ ਅਤੇ ਲੋਕਾਂ ਤੱਕ ਜੋ ਖਾਣਾ ਪਹੁੰਚ ਰਿਹਾ ਹੈ ਉਸ ਵਿੱਚ ਕੋਈ ਵੀ ਸਾਫ਼ ਸਫਾਈ ਨੂੰ ਲੈ ਕੇ ਦਿੱਕਤ ਨਾ ਸਾਹਮਣੇ ਆਏ। ਇੱਥੋਂ ਤੱਕ ਕਿ ਉਹਨਾਂ ਨੇ ਰੇਹੜੀ ਵਾਲਿਆਂ ਨੂੰ ਖਾਸ ਹਦਾਇਤ ਵੀ ਕੀਤੀ ਕਿ ਉਹ ਮਾਸਕ ਆਦਿ ਜ਼ਰੂਰ ਪਾ ਕੇ ਰੱਖਣ ਅਤੇ ਇੱਥੋਂ ਤੱਕ ਕਿ ਤਮਾਮ ਜੋ ਸਾਫ਼ ਸਫਾਈ ਨੂੰ ਲੈ ਕੇ ਆਲੇ ਦੁਆਲੇ ਦੇ ਹਰ ਚੀਜ਼ ਦਾ ਜਾਇਜ਼ਾ ਲਿੱਤਾ ਗਿਆ ਕਿ ਲੋਕਾਂ ਤੱਕ ਜੋ ਖਾਣਾ ਪਹੁੰਚ ਰਿਹਾ ਹੈ ਉਹਨਾਂ ਨੂੰ ਉਸ ਵਿੱਚ ਕੋਈ ਦਿੱਕਤ ਨਾ ਆਵੇ, ਸਾਫ਼ ਸਫਾਈ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਪੁਖਤਾ ਜੋ ਨੇ ਧਿਆਨ ਰੱਖਿਆ ਜਾਵੇ। ਅਤੇ ਸਿਹਤ ਵਿਭਾਗ ਟੀਮ ਦੇ ਅਫਸਰ ਨੇ ਖਾਸ ਇਹਨਾਂ ਚੀਜ਼ਾਂ 'ਤੇ ਜ਼ੋਰ ਦਿੰਦੇ ਹੋਏ ਹਦਾਇਤ ਵੀ ਕੀਤੀ ਕਿ ਜੇ ਅਜਿਹੀਆਂ ਚੀਜ਼ਾਂ 'ਤੇ ਜ਼ੋਰ ਨਾ ਦਿੱਤਾ ਗਿਆ, ਜੇ ਹਦਾਇਤਾਂ ਨੂੰ ਨਾ ਮੰਨਿਆ ਗਿਆ ਤਾਂ ਫੂਡ ਐਕਟ ਦੇ ਤਹਿਤ ਵੱਡੀ ਕਾਰਵਾਈ ਵੀ ਹੋ ਸਕਦੀ ਹੈ। ਹਾਲਾਂਕਿ ਅਕਸਰ ਜੋ ਲੋਕਾਂ ਤੱਕ ਖਾਣਾ ਪਹੁੰਚਦਾ ਹੈ ਤਾਂ ਉਸ ਵਿੱਚ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਸਾਫ਼ ਸਫਾਈ ਨੂੰ ਲੈ ਕੇ ਕਿਤੇ ਨਾ ਕਿਤੇ ਢਿੱਲ ਵਰਤੀ ਜਾਂਦੀ ਹੈ, ਜਿਸ ਨਾਲ ਕਿ ਲੋਕਾਂ ਦੀ ਸਿਹਤ ਜ਼ਰੂਰ ਵਿਗੜ ਜਾਂਦੀ ਹੈ। ਪਰ ਇਸੇ ਚੀਜ਼ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਹੀ ਉਹਨਾਂ 'ਤੇ ਜਾ ਕੇ ਅਚਨਚੇਤ ਚੈਕਿੰਗ ਕੀਤੀ ਰੇਹੜੀਆਂ 'ਤੇ ਕਿ ਤਾਂ ਜੋ ਕੂੜੇ ਆਦਿ ਦਾ ਪ੍ਰਬੰਧ ਮੁਕੰਮਲ ਹੈ ਜਾਂ ਹੋਰ ਜੋ ਚੀਜ਼ਾਂ ਰੇਹੜੀ 'ਤੇ ਪਈਆਂ ਨੇ ਕਿ ਇਸ ਵਿੱਚ ਕੋਈ ਸਫਾਈ ਨੂੰ ਲੈ ਕੇ ਕੋਈ ਗੜਬੜ ਤਾਂ ਨਹੀਂ ਹੈ। ਪਰ ਨਾਲ ਹੀ ਇੱਕ ਹਦਾਇਤ ਸਖਤੀ ਨਾਲ ਜਾਰੀ ਕੀਤੀ ਗਈ ਕਿ ਜੇ ਕਿਸੇ ਵੀ ਢੰਗ ਨੂੰ ਲੈ ਕੇ ਕੋਈ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਰੇਹੜੀ ਵਾਲੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋ ਸਕਦੀ ਹੈ, ਫੂਡ ਐਕਟ ਦੇ ਤਹਿਤ ਕਾਰਵਾਈ ਹੋ ਸਕਦੀ ਹੈ। ਅਤੇ ਸਿਹਤ ਵਿਭਾਗ ਟੀਮ ਦੇ ਅਫਸਰ ਨੇ ਲੋਕਾਂ ਨੂੰ ਵੀ ਇਹ ਸੁਨੇਹਾ ਦਿੱਤਾ ਕਿ ਉਹ ਵੀ ਜਿਸ ਰੇਹੜੀ ਤੋਂ ਖਾਂਦੇ ਨੇ ਉੱਥੇ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਦੇਣ ਕਿ ਰੇਹੜੀ ਵਾਲੇ ਨੇ ਮਾਸਕ ਆਦਿ ਅਤੇ ਸਾਫ਼ ਸਫਾਈ ਦਾ ਕੋਈ ਖਾਸਾ ਪ੍ਰਬੰਧ ਕੀਤਾ ਹੈ ਜਾਂ ਨਹੀਂ, ਅਤੇ ਵਿਭਾਗ ਨੂੰ ਸੂਚਿਤ ਕਰਨ ਕਿ ਤਾਂ ਜੋ ਆਗਾਮੀ ਉਹ ਅਜਿਹੇ ਰੇਹੜੀ ਵਾਲਿਆਂ 'ਤੇ ਕਾਰਵਾਈ ਕਰ ਸਕਣ ਅਤੇ ਲੋਕਾਂ ਤੱਕ ਜੋ ਸਾਫ਼ ਸਫਾਈ ਹੈ ਉਸ ਨੂੰ ਲੈ ਕੇ ਜੋ ਖਾਣਾ ਹੈ ਉਹ ਧਿਆਨ ਨਾਲ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਾਫ਼ ਸਫਾਈ ਨੂੰ ਲੈ ਕੇ ਦਿੱਕਤ ਨਾ ਸਾਹਮਣੇ ਆਏ। ਹੁਸ਼ਿਆਰਪੁਰ ਦੇ ਵਿੱਚ ਰਾਤ ਦੇ ਸਮੇਂ ਸਿਹਤ ਵਿਭਾਗ ਦੀ ਟੀਮ ਅਚਨਚੇਤ ਪਹੁੰਚਦੀ ਹੈ, ਅਫਸਰ ਪਹੁੰਚਦੇ ਨੇ ਅਤੇ ਰੇਹੜੀ ਵਾਲਿਆਂ ਨੂੰ ਪਹਿਲਾਂ ਮਾਸਕ ਆਦਿ ਵੰਡੇ ਜਾਂਦੇ ਨੇ ਅਤੇ ਫਿਰ ਇਹ ਹਦਾਇਤ ਵੀ ਕੀਤੀ ਜਾਂਦੀ ਹੈ ਕਿ ਇਹਨਾਂ ਚੀਜ਼ਾਂ 'ਤੇ ਉਹ ਖਾਸਾ ਧਿਆਨ ਦੇਣ। ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਇਹ ਚੈਕਿੰਗ ਕੀਤੀ ਗਈ ਸੀ ਕਿ ਤਾਂ ਜੋ ਲੋਕਾਂ ਤੱਕ ਜੋ ਖਾਣਾ ਪਹੁੰਚੇ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਣਗਹਿਲੀ ਨਾ ਹੋਈ ਹੋਵੇ। ਦਸਤਾਨੇ ਪਾ ਕੇ ਜਦ ਰੇਹੜੀ ਵਾਲੇ ਕੰਮ ਕਰਨਗੇ ਤਾਂ ਅਕਸਰ ਲੋਕਾਂ ਤੱਕ ਜੋ ਚੀਜ਼ ਤਿਆਰ ਹੋ ਕੇ ਪਹੁੰਚੇਗੀ ਉਹ ਸਾਫ਼ ਸੁਥਰੇ ਢੰਗ ਨਾਲ ਪਹੁੰਚੇਗੀ। ਇੱਥੋਂ ਤੱਕ ਕਿ ਸਿਹਤ ਵਿਭਾਗ ਟੀਮ ਦੇ ਅਫਸਰ ਨੇ ਇਹ ਵੀ ਹਦਾਇਤ ਕੀਤੀ ਕਿ ਫੂਡ ਸਰਵ ਕਰਨ ਵਾਲੇ ਜਿਹੜੇ ਰੇਹੜੀ ਦੇ ਵਿਅਕਤੀ ਨੇ ਉਹ ਇਸ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਸ ਵੇਲੇ ਵੀ ਉਹ ਦਸਤਾਨੇ ਪਾ ਕੇ ਰੱਖਣ ਤਾਂ ਜੋ ਲੋਕਾਂ ਨੂੰ ਆਗਾਮੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਨਾਲ ਕੋਈ ਸਾਹਮਣਾ ਨਾ ਕਰਨਾ ਪਵੇ ਅਤੇ ਸਾਫ਼ ਸੁਥਰਾ ਖਾਣਾ ਲੋਕਾਂ ਤੱਕ ਪਹੁੰਚੇ। ਉਹਨਾਂ ਨੂੰ ਅਸੀਂ ਅਵੇਅਰਨੈਸ ਕਰਨਾ ਚਾਹੁੰਦੇ ਸੀ ਕਿ ਜਿਹੜੇ ਸਾਡੇ ਜਿੰਨੇ ਵੀ ਫੂਡ ਹੈਂਡਲਰਸ ਹੈਗੇ ਆ ਜਿਹੜੇ ਖਾਣਾ ਸਰਵ ਕਰਦੇ ਆ ਉਹ ਇੱਕ ਕੁਆਲਿਟੀ ਦਾ ਫੂਡ ਦੇਣ ਔਰ ਨਾਲ ਹੀ ਇੱਕ ਜਿਹੜੀ ਸਫਾਈ ਦਾ ਮੇਨ ਹੈਗਾ ਆ ਉਹ ਖਾਸ ਧਿਆਨ ਰੱਖਣ ਤਾਂ ਕਿ ਲੋਕ ਜਿਹੜਾ ਗੰਦ ਮਾਲ ਨਾ ਖਾਣ। ਸੋ ਇਹਨਾਂ ਨੂੰ ਹਦਾਇਤ ਆ ਕਿਉਂਕਿ ਪੰਜਾਬ ਸਰਕਾਰ ਦਾ ਮੇਨ
ਜਿਹੜਾ ਇੱਕ ਸੁਨਹਿਰਾ ਸੁਪਨਾ ਹੈਗਾ ਆ ਕਿ ਸਿਹਤਮੰਦ ਪੰਜਾਬ ਹੋਵੇ, ਉਹਦੇ ਲਈ ਸਾਨੂੰ ਵੀ ਇੰਸਟਰਕਸ਼ਨਸ ਹੈਗੀ ਆ। ਜਿੱਦਾਂ ਸਾਡੇ ਫੂਡ ਕਮਿਸ਼ਨਰ ਸਾਹਿਬ ਡਾਕਟਰ ਅਭਿਨਵ ਤ੍ਰਿਖਾ ਜੀ, ਉਹਨਾਂ ਨੇ ਵੀ ਸਾਫ਼ ਹਦਾਇਤਾਂ ਦਿੱਤੀਆਂ ਹੋਈਆਂ, ਔਰ ਸਾਡੇ ਜਿਹੜੇ ਇੱਥੇ ਮਾਨਨੀਏ ਸਤਿਕਾਰਯੋਗ ਸਿਵਲ ਸਰਜਨ ਸਾਹਿਬ, ਉਹਨਾਂ ਦੀ ਵੀ ਹਦਾਇਤਾਂ ਹੈਗੀਆਂ, ਅਤੇ ਨਾਲ ਸਾਡੇ ਮਾਨਨੀਏ ਜਿਹੜੇ ਹੈਗੇ ਮੰਤਰੀ ਸਾਹਿਬ ਜਿੰਪਾ ਜੀ, ਔਰ MP ਸਾਹਿਬ ਡਾਕਟਰ ਰਾਜ, ਔਰ MLA ਸਾਹਿਬ, ਉਹਨਾਂ ਨੇ ਵੀ ਸਾਫ਼ ਸਾਨੂੰ ਇੰਸਟਰਕਸ਼ਨ ਦਿੱਤੀਆਂ ਆ ਕਿ ਅਸੀਂ ਹੁਸ਼ਿਆਰਪੁਰ ਨੂੰ ਨੰਬਰ 1 ਜ਼ਿਲ੍ਹਾ ਬਣਾਉਣਾ ਚਾਹੁੰਦੇ ਹਾਂ ਸਿਹਤ ਪੱਖੋਂ। ਸੋ ਸਾਡੀ ਇਹ ਦਿਨ ਰਾਤ ਕੋਸ਼ਿਸ਼ ਰਹੇਗੀ ਕਿ ਮੈਂ ਪਰਸਨਲੀ ਵਿਜ਼ਿਟ ਕਰੂੰਗਾ ਇਹਨਾਂ ਜਗ੍ਹਾ 'ਤੇ। ਅੱਜ ਵੀ ਅਸੀਂ ਇਸੇ ਲਈ ਕੈਪਸ ਵੰਡੀਆਂ, ਮਾਸਕ ਵੰਡੇ ਆ, ਔਰ ਗਲਵਸ, ਔਰ ਇਹਨਾਂ ਨੂੰ ਹਦਾਇਤ ਦਿੱਤੀ ਹੈ ਕਿ 2 ਦਿਨਾਂ ਦੇ ਵਿੱਚ ਅੱਗੇ ਤੋਂ ਜੇ ਲੋਕਾਂ ਨੂੰ ਲੱਗਾ ਕਿ ਤੁਸੀਂ ਕੈਪ, ਮਾਸਕ, ਗਲਵਸ ਨਹੀਂ ਪਾਏ, ਉਹ ਸਾਨੂੰ ਆ ਕੇ ਇਨਫੋਰਮ ਕਰਨਗੇ ਅਤੇ ਇਹਨਾਂ ਦੇ ਵਿਰੁੱਧ ਕਾਰਵਾਈ ਹੋਏਗੀ। ਪਰ ਇਹ ਇਹਨਾਂ ਨੇ ਖੁਦ ਮੈਨੂੰ ਵਿਸ਼ਵਾਸ ਦਿਲਾਇਆ ਹੈ, ਸਾਰੇ ਫੂਡ ਹੈਂਡਲਰਸ ਨੇ, ਕਿ ਅਸੀਂ ਇਹੋ ਜਿਹੀ ਨੌਬਤ ਹੀ ਨਹੀਂ ਆਉਣ ਦਾਂਗੇ ਅਤੇ ਅਸੀਂ ਜ਼ਰੂਰ ਆਪਣੇ ਜੋ ਸਫਾਈ ਦਾ ਪ੍ਰਬੰਧ ਰੱਖਾਂਗੇ, ਔਰ ਜੇ ਕੋਈ ਕਮੀ ਪੇਸ਼ੀ ਆਈ ਤਾਂ ਸਾਫ਼ ਆ ਸਾਨੂੰ, ਕਿਉਂਕਿ ਕਈ ਵਾਰ ਹੋ ਜਾਂਦਾ ਹੈ ਕਿ ਨੋਇੰਗ ਹੀ ਆ, ਅਨਨੋਇੰਗਲੀ ਕਈ ਵਾਰ ਇਹਨਾਂ ਕੋਲ ਗਲਤੀਆਂ ਹੋ ਜਾਂਦੀਆਂ, ਕਿਉਂਕਿ ਇਹਨਾਂ ਨੂੰ ਸਮਝ ਨਹੀਂ ਹੁੰਦੀ ਹੈ, ਇਹ ਮਜ਼ਦੂਰ ਹੁੰਦੇ ਆ, ਲੇਕਿਨ ਇਹਨਾਂ ਨੂੰ ਸਮਝਾਉਣਾ ਸਾਡਾ ਫਰਜ਼ ਹੈ। ਇਸੇ ਲਈ ਮੈਂ ਅੱਜ ਅਵੇਅਰਨੈਸ ਕੈਂਪ ਲਾਇਆ ਸੀ। ਸੋ ਮੇਰੀ ਸਾਰਿਆਂ ਨੂੰ, ਜਨਤਾ ਨੂੰ ਵੀ ਗੁਜ਼ਾਰਿਸ਼ ਹੈ ਕਿ ਤੁਸੀਂ ਵੀ ਇਹਦਾ ਧਿਆਨ ਰੱਖੋ, ਇੱਕ ਜਾਗਰੂਕ ਇਨਸਾਨ ਬਣੋ, ਇੱਕ ਜਾਗਰੂਕ ਨਾਗਰਿਕ ਬਣੋ, ਅੱਛਾ ਖਾਓ, ਤਾਂ ਕਿ ਇਹਨਾਂ ਨੂੰ ਵੀ ਮੇਰੀ ਇਹ ਹੈਗੀ ਹੈ ਕਿ ਤੁਸੀਂ ਕੁਆਲਿਟੀ ਵਾਲਾ ਹੀ ਖਾਣਾ। ਇਸ ਤਰ੍ਹਾਂ ਹੈਗਾ ਆ ਕਿ ਸਮਝਦੇ ਕਿਉਂ ਨਹੀਂ ਹੈ, ਕਿਉਂਕਿ ਇਹ ਜਿਹੜਾ ਇੱਕ ਕਈ ਵਾਰ ਸਾਨੂੰ ਵਾਰ ਵਾਰ ਕਰਨਾ ਪੈਂਦਾ ਆ, ਵਾਰ ਵਾਰ ਚੈਕਿੰਗ ਵੀ ਕਰਨੀ ਪਏਗੀ, ਇੱਕ ਵਾਰੀ ਕਰਕੇ ਤਾਂ ਅਸੀਂ ਭੁੱਲ ਜਾਈਏ ਤਾਂ ਉਹਦੇ ਨਾਲ ਕੁਛ ਨਹੀਂ ਹੁੰਦਾ। ਬਾਕੀ ਫੂਡ ਸੇਫਟੀ ਐਕਟ ਜਿਹੜਾ 2006 ਹੈਗਾ ਆ, ਉਹ ਇਹਨਾਂ ਦੇ ਲਾਗੂ ਹੋਏਗਾ, ਜਿਹਦੇ ਲਈ ਇਹਨਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾਂਦੀ ਹੈ, ਔਰ ਇਹ 'ਚ ਚਲਾਨ ਵੀ ਕੱਟੇ ਜਾਂਦੇ ਹੈ, ਔਰ ਚਲਾਨ ਦੀ ਬਹੁਤ ਹੈਫਟੀ ਅਮਾਊਂਟ ਹੁੰਦੀ ਹੈ। ਸੋ ਜੋ ਵੀ ਸਾਨੂੰ ਸਰਕਾਰ ਦੀ ਹਦਾਇਤਾਂ ਹੈਗੀਆਂ ਉਹਦੇ ਅਨੁਸਾਰ ਇਹਨਾਂ 'ਤੇ ਲਾਗੂ ਹੋਏਗਾ ਔਰ ਐਕਟ ਕੀਤਾ ਜਾਏਗਾ।